Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਅਸੀਂ ਸੋਚ ਲਿਆ ਰੀਤ, ਅਸੀਂ ਤੇਰੇ ਵਿਆਹ ਵਿੱਚ ਮੁੰਡੇ ਵੱਲੋਂ ਨਹੀਂ ਆਉਣਾ। ਅਸੀਂ ਤੇਰੇ ਵਿਆਹ ਵਿੱਚ ਮੇਲ ਵੱਲੋਂ ਹੀ ਆ ਗਏ ਆ। ਲੈ ਰੀਤ, ਇਹ ਰੱਖ ਲੈ। ਲੈ, ਦਿਖਾ ਰਹੀ, ਮੈਂ ਦੇਖਦੀ ਕੀ ਆਇਆ ਤੇਰੇ ਲਈ। ਹਾਂ, ਵਾਓ, ਤੇ ਕਿੰਨਾ ਸੋਹਣਾ ਲਹਿੰਗਾ ਹੈ। ਨੈਨਸੀ ਦੀਦੀ, ਇਹ ਤੇ ਬਹੁਤ ਮਹਿੰਗਾ ਲੱਗਦਾ। ਮਹਿੰਗਾ ਕਿੱਥੇ, ਜਿਹੜੇ ਤੁਸੀਂ ਪੈਸੇ ਦਿੱਤੇ ਸੀ ਨਾ, ਉਹਨਾਂ ਪੈਸਿਆਂ 'ਚ ਹੀ ਲੈ ਕੇ ਆਏ ਆ। ਬਸ ਥੋੜੇ ਜਿਹੇ ਪੈਸੇ ਕੋਲੋਂ ਪਾਏ ਆ। ਹੁਣ ਧੀਆਂ ਦੇ ਵਿਆਹ ਵਿੱਚ ਰਿਸ਼ਤੇਦਾਰ ਇੰਨਾ ਕੁ ਤਾਂ ਕਰਦੇ ਹੀ ਹੈ ਨਾ, ਸਾਡਾ ਵੀ ਤਾਂ ਫਰਜ਼ ਬਣਦਾ ਹੈ ਨਾ ਕਿਸੇ ਚੀਜ਼ ਵਿੱਚ। ਦੇਖੋ ਜੀ, ਇੱਧਰ ਕਿਸੇ ਦਾ ਵੀ ਹਿੱਸਾ ਨਹੀਂ ਪਿਆ ਹੋਇਆ ਕੁੜੀ ਵਾਲਿਆਂ ਵੱਲੋਂ। ਇਹ ਸਾਰੇ ਤੋਹਫੇ ਸਾਡੇ ਮੁੰਡੇ ਵਾਲਿਆਂ ਵੱਲੋਂ ਹੀ ਆਏ ਹੋਏ ਨੇ, ਮੇਰੀ ਪੋਤ ਨੂੰ ਲਈ। ਨਹੀਂ ਨਹੀਂ ਮੰਮੀ ਜੀ, ਇਹ ਮੈਂ ਨਹੀਂ ਲੈ ਸਕਦੀ। ਬੀਜੀ ਆਪ ਲੈ ਕੇ ਆਏ ਨੇ, ਸ਼ਗਨ ਸਮਝ ਕੇ ਇਹਨਾਂ ਵਿੱਚੋਂ ਕੋਈ ਵੀ ਇੱਕ ਰੱਖ ਲੈ। ਚੁੱਕ ਲੈ ਪੁੱਤਰ, ਇਹ ਤੇਰੇ ਵਾਸਤੇ ਹੀ ਹੈ। ਦੇਖਿਆ ਤੁਸੀਂ, ਜਿਹਦਾ ਫਲ ਹੁੰਦਾ ਉਸੇ ਦੇ ਵੇੜੇ ਡਿੱਗਦਾ। ਪੁੱਤਰ ਖੋਲ ਕੇ ਤਾਂ ਵੇਖ। ਜੀ ਪੁੱਤਰ, ਇਹ ਅੰਮ੍ਰਿਤਾ ਦੇ ਕੰਗਣ ਨੇ ਜਿਹੜੇ ਉਹਨੇ ਖਾਸ ਆਪਣੀ ਵੱਡੀ ਨੂੰਹ ਲਈ ਰੱਖੇ ਹੋਏ ਸੀ। ਸਾਂਭ ਕੇ ਰੱਖੇ ਪੁੱਤਰ ਇਹਨੂੰ ਹਮੇਸ਼ਾ। ਆ ਬਾਕੀ ਦੇ ਵੀ ਤੇਰੇ ਹੀ। ਲੈ ਪੁੱਤਰ। ਨਹੀਂ ਨਹੀਂ ਬੀਜੀ, ਤੁਸੀਂ ਪਹਿਲਾਂ ਹੀ ਬਹੁਤ ਸਾਰਾ ਸ਼ਗਨ ਲੈ ਆਇਓ। ਕੱਲ ਨੂੰ ਦੂਜੇ ਪੋਤੇ ਦਾ ਵੀ ਵਿਆਹ ਕਰਨਾ, ਆਪਣੀ ਦੂਜੀ ਨੂੰਹ ਲਈ ਵੀ ਰੱਖ ਲਓ ਕੁਝ। ਮੈਂ ਕਦੇ ਕਾਣੀ ਵੰਡ ਨਹੀਂ ਕਰਦੀ, ਮੈਂ ਸਾਰਿਆਂ ਵਾਸਤੇ ਸਾਰਾ ਕੁਝ ਬਰਾਬਰ ਬਰਾਬਰ ਰੱਖਿਆ ਹੋਇਆ। ਇਹ ਤੇ ਖਾਸ ਅੰਮ੍ਰਿਤਾ ਨੇ ਆਪਣੀ ਵੱਡੀ ਨੂੰਹ ਲਈ ਰੱਖੇ ਹੋਏ ਸੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।